ਤੁਹਾਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੋਣਾ ਸਾਰਿਆਂ ਦੇ ਸਕੂਲ ਖੁੱਲ੍ਹ ਗਏ, ਸਾਡੇ ਵੀ ਖੁੱਲ੍ਹ ਗਿਆ, ਅਤੇ ਸਾਡੇ ਕੋਲ ਬੈਗ ਨਹੀਂ ਹੈਗਾ ਸੀ, ਅਤੇ ਅਸੀਂ ਬੈਗ ਲੈਣ ਜਾਣਾ, ਅਤੇ ਤੁਹਾਨੂੰ ਵੀ ਦਿਖਾਉਂਗੇ, ਅਤੇ ਹੋਰ ਵੀ ਨਿੱਕੇ ਨਿੱਕੇ ਚੀਜ਼ਾਂ ਉਹ ਵੀ ਲੈਣੀਆਂ, ਅਤੇ ਤੁਹਾਨੂੰ ਵੀ ਦਿਖਾਉਂਗੇ, ਅਤੇ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਉੱਥੇ ਪਹੁੰਚ ਕੇ। ਜਾਂਦੇ ਟਾਈਮ ਅਸੀਂ ਗਏ ਸਾਡੇ ਗਾਈਸ। ਹੁਣ ਅਸੀਂ ਬੈਗ ਲੈ ਲਿਆ ਅਤੇ ਤੁਹਾਨੂੰ ਘਰੇ ਜਾ ਕੇ ਦਿਖਾਉਂਦੇ ਹਾਂ ਗਾਈਸ। ਅਤੇ ਹੁਣ ਅਸੀਂ ਘਰੇ ਆ ਚੁੱਕੇ ਹਾਂ, ਅਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਅਸੀਂ ਕਿਹੜੇ ਕਿਹੜੇ ਬੈਗ ਲਏ ਸੀ। ਲਿਆ ਇਹਦੇ ਥੱਲੇ ਉਹ ਵੀ ਆ ਰੇਨਕੋਟ, ਇਹਦੀਆਂ ਚਾਰ ਜੇਬਾਂ, ਚਾਰ ਅਤੇ ਆ ਗਿਆ ਆ ਮੇਰਾ ਬੈਗ, ਅਤੇ ਇਹਦੇ ਥੱਲੇ ਵੀ ਰੇਨਕੋਟ ਹੈਗਾ ਆ, ਪਰ ਇਹਦੀਆਂ ਇੱਕ ਦੋ ਤਿੰਨ ਇਹਦੀਆਂ ਪੰਜ ਜੇਬਾਂ ਆ। ਗਾਈਸ ਇਹ ਸੀਗਾ ਸਾਡਾ ਅੱਜ ਦਾ ਵਲੋਗ, ਜੇ ਵਧੀਆ ਲੱਗਿਆ ਹੋਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ, ਤੁਸੀਂ ਸਾਨੂੰ ਸਬਸਕ੍ਰਾਈਬ ਕਰ ਦਿਓ। ਓਕੇ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ।